ਆ ਦਿੱਲੀ ਦਾ ਇੱਕ ਬੱਚਾ ਹੈ, ਚਲੋ ਇਸੇ ਦਰਬਾਰ ਦੀ ਹੱਡ ਬੀਤੀ ਹੈ, 9 ਵਜੇ ਉਹਦਾ ਨੇਮ ਹੈ, 9 ਵਜੇ ਉਹਨੇ ਸੀਸਗੰਜ ਸਾਹਿਬ ਪਹੁੰਚਣਾ ਪਹੁੰਚਣਾ। ਪਿਆਰ ਹੈ ਆਪਣਾ, ਸਾਰਾ ਦਿਨ ਕੰਮ ਕਰਦਾ, ਦੁਕਾਨ ਤੋਂ ਹੀ ਇੱਥੇ ਆ ਜਾਂਦਾ, 9 ਵਜੇ ਪੂਰਾ ਉਹਨੇ ਟਿੱਚ ਪਹੁੰਚਣਾ ਇੱਥੇ। ਕਹਿੰਦਾ ਵੀਰ ਜੀ ਇੱਕ ਦਿਨ ਮੈਂ 20 ਮਿੰਟ ਪਹਿਲੇ ਪਹੁੰਚ ਗਿਆ 8:40 ਦੇ, ਆ ਥੱਲੇ ਜੋੜੇ ਘਰ ਖੜਾ ਤੇ ਕਹਿੰਦੇ ਮੇਰੇ ਨਾ ਮਨ 'ਚ ਲੜਾਈ ਹੋ ਗਈ। ਇੱਕ ਮਨ ਕਹਿੰਦਾ ਹਜੇ 20 ਮਿੰਟ ਪਏ ਨੇ ਉੱਤੇ ਜਾਣ ਨੂੰ, ਭੁੱਖ ਵੀ ਬੜੀ ਲੱਗੀ ਹੋਈ ਹੈ, ਹਲਦੀ ਰਾਮ ਤੇ ਚਲਾ ਜਾ, 2 ਸਮੋਸੇ ਖਾ ਲੈ ਫਿਰ ਚਲਾ ਜਾਈ ਉੱਤੇ 9 ਵਜੇ। ਤੇ ਦੂਸਰਾ ਮਨ ਕਹਿੰਦਾ ਨਹੀਂ, ਜੇ ਤੈਨੂੰ ਮਹਾਰਾਜ ਨੇ 20 ਮਿੰਟ ਦਿੱਤੇ ਨੇ ਤੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰ ਲੈ। ਮਨ ਲੜ ਰਹੇ ਨੇ ਉਹ, ਇੱਕ ਪਾਸੇ ਸਵੇਰੇ ਦਾ ਕੰਮ ਤੇ ਨਿਕਲਿਆ ਹੋਇਆ, ਪੇਟ ਕਹਿ ਰਿਹਾ 2 ਸਮੋਸੇ ਖਵਾ ਦੇ ਹਲਦੀ ਰਾਮ ਤੋਂ, ਥੋੜੀ ਰੱਜ ਪੈ ਜਾਏਗੀ, 9 ਵਜੇ ਚਲਾ ਜਾਈ ਉੱਤੇ। ਦੂਸਰਾ ਮਨ ਕਹਿੰਦਾ ਨਹੀਂ, 20 ਮਿੰਟ ਮਹਾਰਾਜ ਨੇ ਦਿੱਤੇ ਨੇ ਤੇ ਸੰਗਤਾਂ ਦੇ ਜੋੜੇ ਝਾੜ ਲੈ। ਕਹਿੰਦਾ ਮੈਂ ਹਲਦੀ ਰਾਮ ਨੂੰ ਸਮੋਸਿਆਂ ਨੂੰ ਪਾਸੇ ਰੱਖਤਾ, ਮੈਂ ਜੋੜੇ ਘਰ ਚਲਾ ਗਿਆ। 5-7 ਜੋੜੇ ਲਏ, ਸੰਗਤਾਂ ਦੇ ਸੇਵਾ ਕੀਤੀ, ਹਜੇ 9 ਵਜਣ ਨੂੰ 2 ਮਿੰਟ ਸੀ, ਮੈਂ ਖਿੜਕੀ ਤੇ ਖੜਾ, ਇੱਕ ਸਰਦਾਰ ਜੀ ਆਏ ਤੇ ਏਡਾ ਵੱਡਾ ਥੈਲਾ ਹਲਦੀ ਰਾਮ ਦਾ ਮੈਨੂੰ ਫੜਾ ਕੇ ਕਹਿੰਦੇ ਬੇਟਾ ਇਹਦੇ ਵਿੱਚ ਨਾ ਸਮੋਸੇ ਨੇ। ਆ ਸੁਣ ਲਿਓ ਜੈਕਾਰਾ ਫਿਰ ਛੱਡਿਓ ਤਗੜਾ, ਮਹਾਰਾਜ ਕਿੰਨੀ ਨੇੜੇ ਹੋ ਕੇ ਸੁਣਦੇ। ਕਹਿੰਦੇ ਅਖੀਰਲਾ ਜੋੜਾ 9 ਵਜਣ ਨੂੰ 2 ਮਿੰਟ ਸੀ, ਇੱਕ ਸਰਦਾਰ ਜੀ ਆਏ ਤੇ ਮੈਨੂੰ ਥੈਲਾ ਦਿੱਤਾ, ਕਹਿੰਦੇ ਬੇਟਾ ਇਹਦੇ ਵਿੱਚ ਹਲਦੀ ਰਾਮ ਦੇ ਸਮੋਸੇ ਨੇ, ਜਿੰਨੀ ਸੰਗਤ ਅੰਦਰ ਜੋੜਿਆਂ ਦੀ ਸੇਵਾ ਕਰੀ ਸਾਰਿਆਂ ਨੂੰ 2-2 ਸਮੋਸੇ ਦੇ ਦੇ। ਕਹਿੰਦੇ ਜਦੋਂ ਮੈਂ ਸੇਵਾਦਾਰ ਨੂੰ ਫੜਾਇਆ ਉਹਨੇ 2-2 ਸਮੋਸੇ ਸਾਰਿਆਂ ਨੂੰ ਦਿੱਤੇ, ਜਦੋਂ ਮੇਰੇ ਹੱਥ 'ਚ ਆਏ ਤੇ ਮੇਰੀ ਅੱਖਾਂ 'ਚੋਂ ਪਾਣੀ ਨਿਕਲ ਗਏ। ਮਹਾਰਾਜ ਮੈਂ ਇੱਛਾ ਰੱਖੀ ਸੀ 2 ਸਮੋਸੇ ਹਲਦੀ ਰਾਮ ਤੋਂ ਖਾ ਕੇ ਫਿਰ ਉੱਤੇ ਚਲਾ ਜਾਵਾਂ, ਮੈਂ ਤੇਰੀ ਸੇਵਾ ਨੂੰ ਪਹਿਲ ਦਿੱਤੀ, ਤੂੰ ਸਮੋਸੇ ਵੀ 2 ਹੀ ਭੇਜੇ ਤੇ ਭੇਜੇ ਵੀ ਹਲਦੀ ਰਾਮ ਦੇ। ਫਿਰ ਕਹਿੰਦਾ ਮੈਨੂੰ ਨੀ ਭੇਜੇ, ਮੈਨੂੰ ਹੀ ਨੀ ਭੇਜੇ, ਸਾਰੇ ਜੋੜੇ ਘਰ ਦੀ ਸੰਗਤ ਜਿਹੜੀ ਸੇਵਾ ਕਰੀ, ਕਹਿੰਦੇ ਸਭ ਨੂੰ ਹੀ ਰਜਾਤਾ, ਇੰਨਾ ਪਿਆਰ ਕਰਦਾ ਜੇ ਤੁਹਾਡੀ ਦਿਲ ਦੀ ਬੁੱਝਦਾ, ਜੇ ਇੱਥੇ ਆ ਕੇ ਤੇ ਕੁਛ ਵੀ ਨਾ ਬੋਲੋ, ਇੱਥੇ ਤੇ ਤੁਸੀਂ ਚੁੱਪ ਵੀ ਰਹੋਗੇ ਨਾ ਤੁਹਾਡੀ ਚੁੱਪ ਨੂੰ ਵੀ ਸਮਝ ਆਏ। ਮੇਰਾ ਪੁੱਤ ਆਇਆ ਜੇ ਬੋਲਦਾ ਕੁਛ ਨੀ, ਇਹਨੂੰ ਕਿਹੜੀ ਟੈਨਸ਼ਨ ਹੈ, ਕੀ ਪਰੇਸ਼ਾਨੀ, ਕੀ ਫਿਕਰ ਹੈ ਇਹਨੂੰ, ਦੁਨੀਆਂ ਦੇ ਲੋਕਾਂ ਅੱਗੇ ਬੋਲੋਗੇ ਤੁਹਾਡੇ ਬੋਲੇ ਨੂੰ ਸੁਣ ਕੇ ਪਤਾ ਨੀ ਕਦਰ ਪਾਉਣ ਕੇ ਨਾ ਪਾਉਣ, ਇਹ ਬੜੀ ਕਦਰ ਪਾਉਂਦੇ ਜੀ, ਇੰਨੀ ਕਦਰ ਪਾਉਂਦੇ ਜੇ ਬਸ ਤੂੰ ਇਹ ਇਸ ਘਰ ਨਾਲ ਜੁੜੇ ਰਹੋਗੇ ਤੁਹਾਨੂੰ ਕਦੀ ਇਸ ਘਰ ਦੀ ਦਵਾਈ ਰਿਐਕਸ਼ਨ ਨਹੀਂ ਕਰੇ। ਸੱਚੀ ਅਕਾਲ, ਬਸ ਇਹ ਸ਼ਰਤ ਹੈ ਕਿ ਸਿੱਧਾ ਇਹਦੇ ਨਾਲ ਹੀ ਜੁੜੋ, ਇਹਦੇ ਨਾਲ ਹੀ ਸਿੱਧਾ ਕਨੈਕਸ਼ਨ ਜੁੜੋ ਆਪਣਾ, ਕਿਸੇ ਤੇ ਆਸ ਨਾ ਰੱਖੋ, ਬਸ ਇਹਦੇ ਤੇ ਆਸ ਰੱਖੋ, ਮੈਂ ਤੇਰੇ ਘਰ ਦਾ ਭਿਖਾਰੀ ਤੇ ਤੂੰ ਮੇਰਾ ਦਾਤਾ, ਮੇਰੀ ਝੋਲੀਆਂ ਭਰਨ ਵਾਲਾ, ਇੰਨਾ ਭਰ ਦਿੰਦਾ ਜੇ, ਇੰਨਾ ਭਰ ਦਿੰਦਾ ਜੇ, ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਗਿਆ।